ਮੂਵੀ ਬਾਈ ਤੋਂ ਪੁੱਛਾਂਗੇ, ਸਾਰੀ ਜਾਣਕਾਰੀ ਲੈਂਦੇ ਹਾਂ। ਇੱਕ ਵਾਰ ਜੇ ਅਸੀਂ ਸਾਰੇ ਕਬੂਤਰਾਂ ਨੂੰ ਦਿਖਾ ਦੇ, ਫਿਰ ਭਰਾ ਤੋਂ ਪੁੱਛਦੇ ਹਾਂ ਜਾਣੀ ਕਿ ਕਬੂਤਰਾਂ ਬਾਰੇ ਵੀ ਕਿਹੜੇ ਕਿਹੜੇ ਕਬੂਤਰ ਨੇ, ਕਿੱਥੇ ਬਾਬਾ ਟਾਈਮ ਸੀਗਾ ਹਨਾ, ਤੇ ਕਿਹੜੀਆਂ ਕਿਹੜੀਆਂ ਕਹਿ ਸਕਦੇ ਨੇ ਨਾਵਾਂ ਦੇ ਮੇਲ ਵਿੱਚ ਕਬੂਤਰ ਆਪਣੇ। ਠੀਕ ਹੈ, ਰਾਜਿਆਂ ਵਾਲੇ ਕਬੂਤਰ। ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ, ਜਿੰਨੇ ਮੇਰੇ ਭਰਾ ਯੂਟਿਊਬ 'ਚ ਮੇਰੇ ਨਾਲ ਜੁੜੇ ਹੋਏ ਨੇ, ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਮੇਰੇ ਯੂਟਿਊਬ ਚੈਨਲ ਨੂੰ ਇੰਨੀ ਸਪੋਰਟ ਕਰਨ ਲਈ, ਮਤਲਬ ਮੇਰੀ ਵੀਡੀਓ ਨੂੰ ਇੰਨਾ ਦੇਖਣ ਲਈ। ਅਤੇ ਬੜਾ ਟਾਈਮ ਹੋ ਗਿਆ ਸੀ, ਮਤਲਬ ਮੈਂ ਕਦੇ ਕੋਈ ਵੀਡੀਓ ਮਤਲਬ ਪਾਈ ਨਹੀਂ ਸੀ ਚੈਨਲ ਦੇ ਉੱਤੇ। ਅੱਜ ਮੈਂ ਬੈਠਾ ਬੈਠਾ ਨਾ ਮਤਲਬ ਲੈਪਟੋਪ ਚਲਾ ਰਿਹਾ, ਮੈਂ ਆਪਣਾ ਚੈਨਲ ਖੋਲ੍ਹ ਲਿਆ, ਮੈਂ ਕਿਹਾ ਯਾਰ ਵੀ ਚੱਲ ਦੇਖਦਾ ਵੀ, ਬਹੁਤ ਟਾਈਮ ਹੋ ਗਿਆ ਹੈ ਨਾ ਕਦੇ ਵੀਡੀਓ ਨਹੀਂ ਬਣਾਈ ਸੀ, ਅਤੇ ਮੈਂ ਤੁਹਾਨੂੰ ਦਿਖਾਉਣਾ ਦੇਖੋ ਬਾਈ ਇੱਕ ਟਾਈਮ ਹੈ ਨਾ ਵੀ ਇੰਨੇ ਇੰਨੇ ਇੰਟਰਵਿਊ ਕਰਨ ਵੀ ਬਾਈ ਕੀ ਪਾਹੀ ਸਵਾਲ। ਅਤੇ ਵੀਡੀਓ ਨਾ ਬਣਾਉਣ ਦਾ ਵੀ ਕਾਰਨ ਕੋਈ ਹੋਰ ਨਹੀਂ, ਮਤਲਬ ਬਹੁਤ ਭਰਾਵਾਂ ਦਾ ਮੇਰੇ ਨੂੰ ਪਤਾ ਵੀ ਮੈਂ ਇੱਥੇ ਮਤਲਬ ਕਨੇਡਾ ਆ ਗਿਆ ਸੀਗਾ, ਤਾਂ ਕਰਕੇ ਕੋਈ ਵੀਡੀਓ ਨਹੀਂ ਪਾਈ। ਦਿਲ ਬੜਾ ਕਰਦਾ ਹੁੰਦਾ ਕਿਉਂਕਿ ਜਿਹੜਾ ਇਹ ਸਮਾਂ ਤੀਗਾ ਕਬੂਤਰਬਾਜ਼ੀ ਦਾ ਕਰਨ ਵਕਤ ਦਾ, ਇਹ ਬੜਾ ਮੈਨੂੰ ਵਧੀਆ ਲੱਗਿਆ। ਮਤਲਬ ਮੈਂ ਕਹਾਂ ਵੀ ਕਬੂਤਰਾਂ ਤੋਂ ਜਹਾਜ਼ਾਂ ਦਾ ਸਫ਼ਰ ਬੜਾ ਵਧੀਆ ਰੰਗਿਆ, ਬਹੁਤ ਵਧੀਆ, ਬਹੁਤ ਭਰਾ ਮਿਲੇ ਮੈਨੂੰ ਇਹ ਕਬੂਤਰਬਾਜ਼ੀ ਦੇ ਵਿੱਚ ਦੌਰ ਦੇ ਵਿੱਚ। ਬਹੁਤ ਬੰਦਿਆਂ ਦੀ ਇੰਟਰਵਿਊ ਕੀਤੀ ਮੈਂ, ਬਹੁਤ ਵਧਾਈਆਂ ਦੀ। ਅਤੇ ਮੈਂ ਇੱਕ ਗੱਲ ਕਹੂੰਗਾ ਵੀ ਕਬੂਤਰਬਾਜ਼ਾਂ ਦੀ ਵੀ ਬਹੁਤ ਭਰਾ ਮਿਲੇ ਵੀ ਕਿਸੇ ਨੇ, ਪਰ ਮੈਨੂੰ ਐਂ ਨਹੀਂ ਕਿਹਾ ਬਾਈ ਵੀ ਅਸੀਂ ਨਹੀਂ ਕਰਵਾਉਂਦੇ, ਬਾਈ ਬਾਈ ਅਸੀਂ ਇੰਟਰਵਿਊ ਨਹੀਂ ਕਰਵਾਉਂਦੇ। ਆ ਬਾਈ ਗੁਰਜੀਤ ਦੀ ਚੌਕੇ ਪਿੰਡ ਵਾਲਿਆਂ ਦੀ, ਅਤੇ ਬਾਈ ਮੰਨਾ ਗਾਗੋਵਾਲ ਦੇ ਕਬੂਤਰਾ ਬੈਠੇ ਆ, ਤੁਸੀਂ ਦੇਖ ਸਕਦੇ ਹੋ, ਬਹੁਤ ਵੀਡੀਓ ਤੁਸੀਂ ਦੇਖੀਆਂ ਹੋਈਆਂ ਨੇ, ਮਤਲਬ ਆ ਤੁਸੀਂ ਦੇਖ ਸਕਦੇ ਹੋ। ਆਦੇ 153 ਵੀਡੀਓ ਮੇਰੇ ਚੈਨਲ 'ਤੇ ਮੈਂ ਪਾਈਆਂ ਹੋਈਆਂ, ਜਿਹੜੀਆਂ ਬੜੇ ਭਰਾਵਾਂ ਦੀਆਂ ਪਾਈਆਂ। ਬਾਈ ਬਾਈ ਪੀਤੀ, ਬਾਈ ਸੋਨੀ ਮੋਹੀ ਪਿੰਡ ਵਾਲਾ ਵੀਰ ਪਿੰਟਾ ਮੁੱਲਾਪੁਰ ਤੋਂ, ਬਾਈ ਲਛਮਣ ਲੱਖੀਸਰ ਵਾਲੇ, ਆਹ ਸਾਡਾ ਭਰਾ ਯਾਰ ਬਾਈ ਪੂਰਾ ਹੋ ਗਿਆ ਸੰਸਾਰ 'ਚ ਹੁਣ ਹੈ ਨਹੀਂ। ਮੈਂ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਵੀ ਮੈਂ ਵੀ ਬਾਈ ਰੌਕੀ ਦੇ ਉਹ ਤੋਂ ਵੀਡੀਓ ਤੋਂ ਸ਼ੁਰੂਆਤ ਕਰੀ ਸੀ ਕਬੂਤਰਬਾਜ਼ੀ ਦੇ ਵਿੱਚ। ਜੇ ਮੈਂ ਐਵੇਂ ਗੱਲ ਕਰਾਂ ਨਾ ਆਪਣੀਆਂ ਇੰਟਰਵਿਊ ਬਾਰੇ, ਮੈਂ ਕਰੂੰਗਾ ਬਾਈ ਇੰਟਰਵਿਊਆਂ 'ਤੇ ਗੱਲ ਵੀ ਕਿਹੜੀ ਇੰਟਰਵਿਊ 'ਚ ਮੈਨੂੰ ਕਿੱਥੇ ਕੀ ਦਿੱਕਤ ਆਈ, ਕਿਹੜੇ ਪਲੇਅਰ ਨਾਲ ਮੇਰਾ ਕੀ ਮੈਨੂੰ ਮਤਲਬ ਸਵਾਲ ਪੁੱਛਣ ਲੱਗੇ ਦਿੱਕਤ ਆਈ, ਕਿਹੜੀ ਗੱਲ 'ਚ ਮੈਨੂੰ ਦਿੱਕਤ ਆਉਂਦੀ ਸੀ ਬਾਈ, ਮੈਂ ਸਾਰੀ ਗੱਲ ਮਤਲਬ ਮੈਂ ਕੋਸ਼ਿਸ਼ ਕਰੂੰਗਾ ਮੈਂ ਰੋਕਦਾ ਮੈਂ ਆਪਦੀ ਨੂੰ ਵੀ ਕਿਹੜੀ ਵੀ ਕਿਹੜੀ ਇੰਟਰਵਿਊ 'ਚ ਕਿਵੇਂ ਦਿੱਕਤ ਆਉਂਦੀ ਹੁੰਦੀ ਸੀ, ਮੈਂ ਉਹਦੇ ਬਾਰੇ ਇੰਟਰਵਿਊ ਮੈਂ ਕਰੂੰਗਾ, ਇਹੀ ਗੱਲ ਨੂੰ ਬਣਾਇਆ ਕਰੂੰਗਾ। ਕਦੇ ਬਾਈ ਸੋਨੀ ਨੂੰ ਵੀ ਮੈਂ ਵਿੱਚ ਬਾਈ ਨਾਲ ਵੀਡੀਓ ਕਰੂੰਗਾ ਬੈਠ ਕੇ, ਵੀ ਬਾਈ ਇੰਟਰਵਿਊ ਬਾਰੇ ਗੱਲਾਂ ਕਰਨੀਆਂ ਜਾਂ ਉੱਦਾਂ ਬਾਈ ਦੇ ਕਬੂਤਰ ਦੇਖਣੇ ਨੇ ਇੱਥੋਂ ਬੈਠੇ ਨੂੰ, ਬਾਈ ਮਤਲਬ ਦਿਲ ਬੜਾ ਕਰਦਾ ਬਾਈ, ਇਹੀ ਜੀ ਗੱਲ ਨਹੀਂ। ਵੀ ਮੈਂ ਜਦੋਂ ਕਬੂਤਰਬਾਜ਼ੀ ਦੇ ਵਿੱਚ ਪਿਆ ਤਾਂ ਉਸ ਟਾਈਮ ਦੇ ਉੱਤੇ ਬਾਈ ਮੈਨੂੰ ਨਾ ਐਵੇਂ ਬੜਾ ਸ਼ੌਂਕ ਵੀ ਆ, ਮੇਰੇ ਪਿੰਡ ਦੇ ਇਹੀ ਜੀ ਗੱਲ ਨਹੀਂ ਬਹੁਤ ਯਾਰ ਦੋਸਤ ਰੱਖਦੇ ਨੇਗੇ, ਰੌਕੀ ਬਾਈ ਰੱਖਦਾ ਹੁੰਦਾ ਸੀ, ਅਤੇ ਚਲੋ ਹੁਣ ਉਹਨਾਂ ਦੇ ਪਿਤਾ ਜੀ ਰੱਖਦੇ ਨੇਗੇ, ਮੈਂ ਪੀਤੀ ਬਾਈ ਆਪਣਾ ਠੀਕ ਹੈ, ਕਾਕੇ ਉਰੀ ਬਹੁਤ ਭਰਾ ਰੱਖਦੇ ਨੇ, ਬਾਈ ਗਾਗੀ ਸਾਡੇ ਪਿੰਡ ਦਾ, ਅਤੇ ਬਾਈ ਬਹੁਤ ਮਤਲਬ ਸਾਡੇ ਪਿੰਡ 'ਚ ਬਾਈ ਉੱਦਾਂ ਤਾਂ
ਬੜਾ ਹੀ ਰੱਖਦੇ ਨੇ, ਪਰ ਜਿਨ੍ਹਾਂ ਨਾਲ ਮੇਰੀ ਸਾਂਝ ਬਹੁਤ ਆ ਵਧੀਆ ਨੇੜੇ ਦੀ ਆ, ਜਿਨ੍ਹਾਂ ਦੇ ਘਰ ਜਾ ਕੇ ਮੈਂ ਖੁੱਡਿਆਂ ਦੇ ਵਿੱਚ ਜਾ ਕੇ ਜਿਵੇਂ ਮਰਜ਼ੀ ਦੇਖ ਲਾਂ ਆਪਣੇ ਖਾਸ ਮਿੱਤਰ ਹੈਗੇ ਨੇ। ਅਤੇ ਬਈ ਜਦੋਂ ਮੈਂ ਇਹ 'ਚ ਪਿਆ ਤਾਂ ਬਈ ਮੈਨੂੰ ਉਦੋਂ ਲੱਗਿਆ ਵੀ ਯਾਰ ਇਹ ਇੰਨੀ ਮਾੜ ਇੰਨੀ ਉਹ ਨਹੀਂ ਹੈਗਾ ਜਿਵੇਂ ਲੋਕ ਦਿਖਾਉਂਦੇ ਨੇ ਨਾ ਇਹ ਚੀਜ਼ ਨੂੰ, ਜਿਵੇਂ ਲੋਕ ਦੱਸਦੇ ਨੇ ਵੀ ਯਾਰ ਕਬੂਤਰਬਾਜ ਕੀ ਹੈ ਨਾ ਤੁਸੀਂ ਕਬੂਤਰਬਾਜ, ਇਹੋ ਜਿਹੀ ਗੱਲ ਨਹੀਂ ਬਈ, ਕਬੂਤਰਬਾਜੀ ਬੜੀ ਚੰਗੀ ਆ ਜਦੋਂ ਤੁਹਾਨੂੰ ਬੰਦਾ ਪੈ ਜਾਂਦਾ ਨਾ, ਤੁਹਾਨੂੰ ਆਪਸੀ ਪਿਆਰ ਬਣ ਜਾਂਦਾ, ਇੱਕ ਦੂਜੇ ਨਾਲ ਸਰਕਲ ਬਣ ਜਾਂਦਾ। ਬਾਜ਼ੀਆਂ ਤਾਂ ਇਕੱਲੇ ਮੇਲਾ ਦਾ ਕਬੂਤਰ ਛੱਡਣ ਨਹੀਂ ਬੰਦੇ ਜਾਂਦੇ, ਬਾਜ਼ੀ ਤਾਂ ਮੇਲਾ ਬਣ ਜਾਂਦੀ ਹੈ ਬਈ। ਇੱਕ ਜਦੋਂ ਬਾਜ਼ੀਆਂ 'ਤੇ ਯਾਰ ਚਾਰ ਇਕੱਠੇ ਹੁੰਦੇ ਨੇ ਨਾ, ਬੜਾ ਮਾਹੌਲ ਬਣਿਆ ਹੋਇਆ ਹੁੰਦਾ, ਬੈਠ ਕੇ ਗੱਲਾਂ ਹੀ ਤੁਹਾਨੂੰ ਐਂ ਹੁੰਦਾ ਵੀ ਕੋਈ ਚੱਕਰ ਹੀ ਨਹੀਂ। ਮੈਂ ਗਿਆ ਇੱਕ ਬਾਜ਼ੀ 'ਤੇ ਅਤੇ ਉੱਥੇ ਬਾਈਕੀ ਪਿਓਰੀ ਆਏ ਹੋਏ ਤੇ, ਅਤੇ ਉਹ ਬਾਜ਼ੀ ਪਿੰਡ ਸੀਗੀ ਇੱਥੇ ਸਾਡੇ ਬਾਈ ਦਾ, ਉੱਥੇ ਸ਼ਾਗਿਰਦ ਹੈਗਾ ਮੇਲਾ ਦਾ ਕਪਤਾਨ USA ਪਿੰਡ ਜਨਾਲ ਆ ਸ਼ਾਇਦ, ਹਾਂ ਉੱਥੇ ਬਾਜ਼ੀ 'ਤੇ ਗਏ ਬਾਈ। ਅਤੇ ਉੱਧਰ ਬਈ ਮੈਨੇ ਵੀ ਐਵੇਂ ਕਹਾਂ ਵੀ ਚੌ 'ਚ ਵੀ ਯਾਰ ਕਬੂਤਰ ਛੱਡਣਾ ਵਾ ਇਹ ਬਾਜ਼ੀ 'ਤੇ ਹੈ ਨਾ, ਅਤੇ ਮੈਨੂੰ ਜਦੋਂ ਦੱਸਿਆ ਕਹਿੰਦੇ ਵੀ ਉੱਥੇ ਐਂ ਕਰਕੇ ਬਾਈਕੀ ਪਿਓਰੀ ਵੀ ਛੱਡ ਰਹੇ ਨੇ, ਮੈਂ ਕਿਹਾ ਚੱਲ ਯਾਰ ਵੀ ਜਿੱਤਾਂਗੇ ਤਾਂ ਕੀ ਆਪਾਂ ਨੇ, ਯਾਰ ਬਾਈ ਬੜੇ ਤਕੜੇ ਦਿੱਗਜ ਪਲੇਅਰ ਫਿਰਦੇ ਆ ਨਾ ਵੀ, ਅਤੇ ਮੈਂ ਕਿਹਾ ਚੱਲ ਕੁਛ ਨਾ ਛੱਡ ਦਿੰਦੇ ਇੱਕ ਆਪਾਂ ਵੀ ਆਪਣੇ ਭਰਾ ਨੂੰ ਕਹਿ ਕਿਹਾ ਵੀ ਯਾਰ ਵੀ ਮੇਰੇ ਨਾਮ 'ਤੇ ਛੱਡਣਾ ਇੱਕ, ਅਤੇ ਮੈਂ ਇੱਕ ਦੀ ਐਂਟਰੀ ਭਰੀ ਆਪਾਂ ਛੱਡਿਆ ਉੱਥੇ। ਪਰ ਜਦੋਂ ਮੈਂ ਉੱਥੇ ਬਾਈ ਬਾਜ਼ੀ 'ਤੇ ਗਏ ਨਾ ਅਸੀਂ ਬਈ, ਸ਼ਾਮ ਨੂੰ ਜਦੋਂ ਦੂਸਰ ਪੈ ਗਈ ਅਤੇ ਬਾਜ਼ੀਆਂ ਢਾਂਗੀਆਂ ਕਹਿੰਦੇ ਲਾ ਲਓ ਜੀ ਬਈ, ਉਦੋਂ ਮਾਹੌਲ ਦੇਖਣ ਵਾਲਾ ਹੁੰਦਾ, ਮਤਲਬ ਵੀ ਕਹਿਣ ਨੂੰ ਕੁਛ ਪਰ ਬੜਾ ਭੈਂਟ ਮਾਹੌਲ ਆ। ਅਤੇ ਫਿਰ ਦੂਜੇ ਦਿਨੋਂ ਉੱਲੇ ਦੇਣੇ ਅਤੇ ਬੜੀ ਮਤਲਬ ਇਹੋ ਜਿਹੀ ਗੱਲ ਨਹੀਂ, ਪੂਰਾ ਨਜ਼ਾਰਾ ਆਉਂਦਾ ਬਾਜ਼ੀਆਂ 'ਤੇ। ਬਾਕੀ ਬਾਈ ਤੁਸੀਂ ਮੈਨੂੰ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਯਾਰ ਵੀ ਵੀਡੀਓ ਕਿਵੇਂ ਲੱਗੀ ਆ ਵਾਲੀ, ਅਤੇ ਹੁਣ ਮੈਨੂੰ ਮਾੜਾ ਜਿਹਾ ਕਮੈਂਟਾਂ 'ਚ ਇਹ ਦੱਸ ਦਿਓ ਭਰਾ ਬਣ ਕੇ ਵੀ ਕਿਵੇਂ ਜੀ ਇਹਦੀ ਵੀਡੀਓ ਬਣਾਇਆ ਕਰੀਏ, ਠੀਕ ਆ ਵੀ। ਹੁਣ ਇੱਕ ਤਾਂ ਦੇਖੋ ਮੈਂ ਜਿਵੇਂ ਹੁਣ ਤੁਹਾਨੂੰ ਬਾਈ ਦਾ ਆਹ ਇੰਟਰਵਿਊ ਦਿਖਾਈ ਆਪਦੀ, ਬਾਕੀਆਂ ਨਾਲ ਮੇਰੀ ਗੱਲ ਨਹੀਂ ਹੋਈ ਤੀ, ਅਤੇ ਮੈਨੂੰ ਐਵੇਂ ਲੱਗਿਆ ਯਾਰ ਵੀ ਮਤਲਬ ਬਈ ਸੀਨੀਅਰ 'ਤੇ ਯਾਰ ਉਮਰ ਦੇ ਵੀ ਅਤੇ ਉੱਦਾਂ ਗੁਣ ਦੇ ਵਿੱਚ ਵੀ ਅਤੇ ਮੈਂ ਕੋਈ ਇਹੀ ਜਿਹੀ ਗੱਲ ਕਰਦਾ ਔਖਾ ਹੀ ਲੱਗਦਾ ਥੋੜ੍ਹਾ ਜਿਹਾ। ਪਰ ਬਾਈ ਨੇ ਮਾਣ ਤਾਂ ਬਾਈ ਬੜਾ ਸੋਹਣਾ ਕਰਿਆ ਜੀ, ਬਾਈ ਦੇ ਘਰ ਐਂ ਲੱਗੇ ਵੀ ਯਾਰ ਵੀ ਹਾਂ ਵੀ ਬੁਲਾਇਆ ਜੀ। ਅਸੀਂ ਗਏ ਉੱਦਾਂ ਦੋ ਇੰਟਰਵਿਊ ਕੀਤੀਆਂ, ਬਾਈ ਦੀ ਸੋਨੀ ਦੀ ਅਤੇ ਬਾਈ ਪਿੰਟੇ ਦੀ, ਦੋਨਾਂ ਇੰਟਰਵਿਊ ਬੜੀਆਂ ਘੈਂਟ ਇੰਟਰਵਿਊ ਦੇ ਵਿੱਚ ਇੰਟਰਵਿਊ ਹੋ ਗਈਆਂ। ਬਾਕੀ ਦਾ ਡਰ ਚੁੱਡੀ ਜਾਂਦੇ ਆ ਇਕੱਲੇ, ਮੈਂ ਤੁਹਾਨੂੰ ਨਾ ਦਿਖਾਉਣਾ ਹੁਣ ਬਾਈ, ਬਸ ਮੈਨੂੰ ਦੋ ਮਿੰਟ ਦਿਓ ਮੈਂ ਵੀਡੀਓ ਖੋਲਦਾ ਸਾਰੀਆਂ, ਅਤੇ ਆਪਾਂ ਦੇਖਦੇ ਹਾਂ ਬਾਈ ਦੀ ਇੰਟਰਵਿਊ ਮੈਂ ਤੁਹਾਨੂੰ ਦਿਖਾਉਣੀ ਆ। ਮੈਨੂੰ ਬੜੀ ਬਾਈ ਦੀ ਇੰਟਰਵਿਊ ਘੈਂਟ ਇੰਟਰਵਿਊ 'ਚ ਇੱਕ ਲੱਗਦੀ ਯਾਰ, ਆਹ ਦੇ ਬਾਈ ਮੈਂ ਕਹਿਣਾ ਬਾਈ ਤੁਸੀਂ ਆਹ ਦੇਖ ਲੈ, ਆਹ ਬੈਠੇ ਨੇ ਪੁਰਾਣੇ ਖੁੰਡ, ਦੱਸ ਇੰਨਾ ਉਸਤਾਦਾਂ ਮੂਹਰੇ ਬਾਈ ਸਵਾਲ ਕਰਨੇ ਕੋਈ ਐਂ ਖਾਲਾ ਜੀ ਦਾ ਬੜਾ ਨਹੀਂ ਹੈਗਾ, ਕੱਲ੍ਹ ਦਾ ਸ਼ੋਰ ਹੈ ਬਾਈਆਂ ਨੂੰ ਸਵਾਲ ਪੁੱਛੇ ਇੰਨਾ ਸੌਖਾ ਨਹੀਂ ਹੈਗਾ। ਦੱਸ ਸਾਰੇ ਆਪੋ ਆਪਦੀ ਗੇਮ ਦੇ ਮਾਹਰ ਨੇ ਬਾਈ, ਮੈਂ ਹੁਣ ਕਿਹਨੂੰ ਕਿਹਨੂੰ ਕੀ ਪੁੱਛਦਾ ਹੈ ਨਾ, ਅਤੇ ਬਾਈ ਮੇਰੇ ਲਵੇ ਨਾ ਸਵਾਲ ਥੋੜ੍ਹੇ ਜਿਹੇ ਰਹਿ ਜਾ ਕਰਨ ਵੀ ਯਾਰ ਮੈਂ ਪੁੱਛਾਂ ਕੀ ਹੈ ਨਾ ਵੀ ਬੰਦੀ ਬਈ ਇੰਨੇ ਮਤਲਬ ਵੀ ਇੱਕ ਪਰਸਨੈਲਿਟੀ ਯਾਰ, ਬਾਈਆਂ ਦੀਆਂ ਬਾਜ਼ੀਆਂ ਜਿੱਤੀਆਂ ਹੋਈਆਂ ਯਾਰ, ਮੈਂ ਉਹਨਾਂ ਨੂੰ ਪੁੱਛਾਂ ਹੈ ਨਾ ਕੀ ਬਾਈ ਬਈ ਬੜਾ ਔਖਾ ਐਵੇਂ ਇੰਨਾ ਸੌਖਾ ਨਹੀਂ ਹੁੰਦਾ ਵੀ ਐਵੇਂ ਕਹਿ ਲਾਂ।
ਤੇ ਮੈਂ ਆਪਦੇ ਵੱਲੋਂ ਪੁੱਛਿਆ ਬਾ ਇਹੀ ਜੀ ਗੱਲ ਨਹੀਂ ਪਰ ਵੀ ਤੁਹਾਨੂੰ ਦਿਖਾਉਣਾ ਇੱਥੇ ਨਜ਼ਰ ਆਉਣ ਸਭ ਨੂੰ ਪੁੱਛ ਰਿਹਾ ਸੀ ਸਵਾਲ ਜਵਾਬ ਬਾਈ ਨੂੰ ਬੜਾ ਪੁੱਛਿਆ ਮੈਂ ਸੋਨੀ ਨੇ ਵੀ ਦੱਸਿਆ ਕੁਛ ਨਹੀਂ ਸਾਨੂੰ ਗੱਲਾਂ ਟਾਲਤੀਆਂ ਕੋਈ ਗੱਲ ਨਹੀਂ ਮੈਂ ਤਾਂ ਚੱਲ ਪੁੱਛ ਲੂੰ ਕਦੇ ਫੋਨ ਲਾ ਕੇ ਇੱਥੋਂ ਬਹਿ ਕੇ ਪੁੱਛ ਲਾਂਗੇ ਬਾਈ ਨਾਲ ਰੱਖਦੇ ਤੇ ਤੁਹਾਡੇ ਕਬੂਤਰ ਤੁਸੀਂ 500 ਲਿਖੋਗੇ ਫਿਰ ਤਾਂ ਜੇ ਤੁਸੀਂ ਨਹੀਂ ਲਿਖਦੇ ਜਾ ਕੇ ਰਿਕਾਰਡਾਂ ਪਾ ਦਿੰਦੇ ਆ ਸਾਡਾ ਕਬੂਤਰ ਨਹੀਂ ਲਿਖਿਆ ਇਹਨਾਂ ਨੇ ਖਿਡਾਰੀਆਂ ਦੇ ਪਹਿਲਾਂ ਲਿਖ ਲਏ ਹੁਣ ਸਾਨੂੰ ਮੂੜਤਾ ਇਹ ਵੀ ਗੱਲ ਆ ਨਾ ਹੁਣ ਉਹ ਵੀ ਵਿਚਾਰੇ ਕੀ ਕਰਨੇ ਭਾਈ ਗੱਲ ਯਾਰ ਹੁਣ ਗੱਲ ਕਰਦੇ ਆ ਗੁਲਜ਼ਾਰ ਬਾਈ ਨਾਲ ਵੀ ਥੋੜਾ ਲੇਟ ਹੋ ਗਿਆ ਕਿਸੇ ਕੰਮਾਂ ਕਾਜਾਂ ਕਰਕੇ ਬਾਈ ਉਹਨੂੰ ਥੋੜਾ ਸਮਾਂ ਲੱਗ ਗਿਆ ਉਰੇ ਆਉਣ ਤੇ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਬਾਲੀ ਤੁਸੀਂ ਸੁਣਾਓ ਬਹੁਤ ਵਧੀਆ ਜੀ ਬਾਈ ਸਮਾਂ ਬਹੁਤ ਲੱਗ ਗਿਆ ਬਾਈ ਪਹੁੰਚਣ ਨੂੰ ਉਹ ਯਾਰ ਗਏ ਦੇਖੀ ਬਾਈ ਬਾਈ ਨਾ ਥੋੜਾ ਟਾਈਮ ਲੱਗ ਗਿਆ ਸਾ ਤੁਹਾਡਾ ਇੰਟਰਵਿਊ ਹੋ ਗਈ ਸਾਰੀ ਤੇ ਬਾਈ ਨੇ ਬਿਠਾ ਰਿਹਾ ਬਾਈ ਕਹਿੰਦਾ ਬਾਈ ਇਹਦਾ ਫੇਰ ਹੀ ਜਾਣ ਦੇਣਾ ਗਾ ਕਿਤੇ ਗਏ ਕੰਮ ਗਏ ਹੋਏ ਸੀਗੇ ਆ ਦੇਖਿਆ ਬਾਈ ਅੱਜ ਮੈਨੂੰ ਬੱਚਿਆਂ ਨਾਲ ਸਮਾਂ ਦਿੱਤਾ ਉਹਨਾਂ ਨੇ ਸਾਰੇ ਭਰਾਵਾਂ ਦਾ ਵੀਰੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਤੇ ਟਰਾਈ ਕਰੂੰਗਾ ਵੀ ਅੱਗੇ ਤੋਂ ਹੋਰ ਵਧੀਆ ਵੀਡੀਓ ਬਣਾਵਾਂ ਤੇ ਮਿਲਦੇ ਹਾਂ ਵੀਰੇ ਅਗਲੀ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਲਾਈਕ ਵਾਲਾ ਬਟਨ ਦੱਬ ਦਿਓ ਸਬਸਕ੍ਰਾਈਬ ਕਰ ਲਿਓ ਅਤੇ ਸ਼ੇਅਰ ਜ਼ਰੂਰ ਕਰਿਓ ਬਾਈ।